ਤਰਨ ਤਰਨ ਦੇ SSP ਦਰਸ਼ਨ ਸਿੰਘ ਮਾਨ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ, ਜਿਸ ਤੇ ਕੰਮ ਕਰਦਿਆਂ ਨਾਰਕੋਟਿਕਸ ਸੈੱਲ ਦੇ ਇੰਚਾਰਜ SI ਮਨਜਿੰਦਰ ਸਿੰਘ ਨੇ ਤਰਨ ਤਰਨ ਸਮੇਤ ਪੁਲਿਸ ਪਾਰਟੀ ਨੇ ਟੀ ਪੁਆਇੰਟ ਗੋਇੰਦਵਾਲ ਸਾਹਿਬ ਤੋਂ ਸਤਪਾਲ ਸਿੰਘ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਦੀ ਮੌਜੂਦਗੀ ਦੇ ਵਿਚ ਇਕ ਔਰਤ ਅਤੇ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SSP ਤਰਨ ਤਾਰਨ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਨਾਰਕੋਟਿਕਸ ਸੈੱਲ ਦੇ ਇੰਚਾਰਜ ASI ਨੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਬਾਲੂ ਪੁੱਤਰ ਉਮਰਾਓ ਸਿੰਘ ਵਾਸੀ ਸੇਮਲੀ ਰਾਜਸਥਾਨ ਅਤੇ ਜੋਗੀਤਾ ਪੁੱਤਰ ਕਿਸ਼ਨ ਲਾਲ ਨੂੰ ਕਾਬੂ ਕਰਕੇ ਇਨ੍ਹਾਂ ਦੇ ਕੋਲੋਂ ਨਸ਼ਾ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੇ NDPS ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁੱਤਰ ਦਾ ਅਫੀਮ ਤਸਕਰਾਂ ਦਾ ਅਸੀਂ ਦੋ ਮੈਂਬਰ ਫੜੇ ਨੇ, ਇੱਕ ਲੇਡੀ ਹੈ ਯੋਗਤਾ ਅਤੇ ਇੱਕ ਜੈਂਟਸ ਹੈ ਬਾਲੂ ਹੈ, ਭਵਾਨੀ ਥਾਣੇ ਦੇ ਰਹਿਣ ਵਾਲੇ ਨੇ, ਜਿਹੜੇ ਕਿ ਰਾਜਸਥਾਨ ਤੋਂ ਅਫੀਮ ਲਿਆ ਕੇ ਇਹ ਸਾਰੇ ਸਾਡੇ ਇਸ ਮਾਲਵਾ ਜ਼ੋਨ ਦੇ ਵਿੱਚ ਜਾਂ ਮਾਝਾ ਜ਼ੋਨ ਦੇ ਵਿੱਚ ਸਪਲਾਈ ਕਰਦੇ ਸੀ। ਇਹਨਾਂ ਤੋਂ 5 ਕਿਲੋ ਅਫੀਮ ਬਰਾਮਦ ਕੀਤੀ ਹੈ ਅਤੇ ਹੋਰ ਫਰਦਰ ਇਹਨਾਂ ਦੀ ਇਨਵੈਸਟੀਗੇਸ਼ਨ, ਅਸੀਂ ਕੇਸ ਰਜਿਸਟਰ ਕਰ ਦਿੱਤਾ ਹੈ ਅਤੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ। ਅੱਗੇ ਹੋਰ ਵੀ ਇਹ ਤੋਂ ਵੀ ਕਿੱਥੇ ਕਿੱਥੇ ਸਪਲਾਈ ਕਰਦੇ ਨੇ, ਕੌਣ ਕੌਣ ਸਮਗਲਰ ਨੇ, ਉਹਨਾਂ ਦੇ ਨਾਮਾਂ ਦਾ ਖੁਲਾਸਾ। ਇਹ ਤਾਂ ਤਕਰੀਬਨ 2-3 ਸਾਲ ਦਾ ਇਹਨਾਂ ਦਾ ਲਗਾਤਾਰ ਨੈਟਵਰਕ ਚੱਲ ਰਿਹਾ। ਇੱਕ ਬਾਲੂ ਹੈਗਾ, ਇਹ ਭਵਾਨੀ ਥਾਣੇ ਦਾ ਰਹਿਣ ਵਾਲਾ, ਇੱਕ ਉਹਦੇ ਨਾਲ ਲੇਡੀ ਹੈ 25-26 ਸਾਲ ਦੀ ਯੋਗਤਾ, ਉਹ ਵੀ ਭਵਾਨੀ ਦੇ ਰਹਿਣ ਵਾਲੇ। 2 ਕਿਲੋ ਸਰ ਐਮ ਪੀ ਸਰ ये तो जो गिरा जो जिन जो बेचते जो देते थे उनको पता रहती है रेट। कहाँ चलाते थे? MP से लाए थे। MP से क्या भाव मिलती वहाँ पे? वहाँ पे रेट 1 लाख रुपए किलो है, ट्रेन से लाए थे। तरन तारन तो विजय रोड़ा की रिपोर्ट, जगत सेवक वेब TV।